ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੂਣ ਵਾਲੇ ਮਟਰ ਬਣਾਵਾਂਗੇ ਮੈਦੇ ਦੇ। ਆਹ ਮੈਦਾ ਹੈਗਾ ਅਤੇ ਅੱਧੀ ਕੁ ਕੌਲੀ ਹੈਗੀ, ਅਤੇ ਆਪਾਂ ਇਹਨੂੰ ਇਹਦੇ 'ਚ ਪਾਵਾਂਗੇ ਬਾਟੀਏ 'ਚ। ਨਿਮਕ ਪਾਰੇ ਬਣਾਵਾਂਗੇ, ਇੰਨੀ ਕੁ ਆਪਾਂ ਅਜਵਾਇਣ ਪਾਵਾਂਗੇ। ਇੰਨਾ ਕੁ ਆਪਾਂ ਲੂਣ ਪਾਵਾਂਗੇ, ਨਿਮਕ ਪਾਰੇ ਬਣਾਵਾਂਗੇ। ਹੁਣ ਆਪਾਂ ਇਹਨੂੰ ਰਲਾ ਲਾਂਗੇ ਹੱਥ ਨਾਲ। ਰਿਫਾਇੰਡ ਪਾਵਾਂਗੇ ਥੋੜ੍ਹਾ ਜਿਹਾ, ਆਪਾਂ ਚੰਗੀ ਤਰ੍ਹਾਂ ਲਾ ਲਾਂਗੇ। ਆਪਾਂ ਸਾਰੀਆਂ ਗੰਢਾਂ ਮਾਰ ਲਈਆਂ ਅਤੇ ਹੁਣ ਆਪਾਂ ਵੇਖੇ ਨਾ ਇਹਨੂੰ ਪਾਣੀ ਪਾਵਾਂਗੇ ਇਹਦੇ 'ਚ, ਗੁੰਨਾਂਗੇ ਮੈਦੇ 'ਚ। ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ, ਨਾ ਤਾਂ ਬਾਹਲਾ ਆਪਾਂ ਢਿੱਲਾ ਕਰਨਾ ਅਤੇ ਨਾ ਹੀ ਬਾਹਲਾ ਕਰੜਾ ਕਰਨਾ। ਲਓ ਹੁਣ ਆਪਾਂ ਆਟਾ ਤਿਆਰ ਕਰ ਲਿਆ ਅਤੇ ਆਪਾਂ ਇਹਦਾ ਪੇੜਾ ਬਣਾਵਾਂਗੇ। ਆਪਾਂ ਇਹਨੂੰ ਵੇਲ ਦਿਆਂਗੇ, ਇਹਨੂੰ ਆਪਾਂ ਵੇਲ ਕੇ ਆਟੇ ਨੂੰ ਪੇੜੇ ਨੂੰ ਅਤੇ ਲੰਮੇ ਲੰਮੇ ਪੀਸ ਕਰ ਲਾਂਗੇ ਇਹਦੇ। ਲਓ ਹੁਣ ਆਪਾਂ ਮਟਰ ਵੇਲ ਕੇ ਅਤੇ ਐਡੇ ਐਡੇ ਪੀਸ ਕਰ ਲਏ ਵੀ ਵਾਹਵਾ ਠੀਕ ਜੇ, ਨਾ ਤਾਂ ਵਾਲੇ ਲੰਮੇ ਅਤੇ ਨਾ ਵਾਲੇ ਛੋਟੇ। ਅਤੇ ਹੁਣ ਆਪਾਂ ਅੱਗ ਬਾਲਾਂਗੇ ਅਤੇ ਕੜਾਹੀ ਧਰਾਂਗੇ। ਹੁਣ ਆਪਾਂ ਰਿਫਾਇੰਡ ਪਾਵਾਂਗੇ, ਜਦੋਂ ਹੁਣ ਰਿਫਾਇੰਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਮਟਰ ਪਾਵਾਂਗੇ। ਆਪਣਾ ਤੇਲ ਗਰਮ ਹੋ ਗਿਆ, ਤਾਂ ਪਹਿਲਾਂ ਇੱਕ ਨਿੱਕਾ ਜਿਹਾ ਪਾ ਕੇ ਦੇਖਿਆ ਸੀਗਾ, ਇਹਨੂੰ ਆਪਾਂ ਕੱਢ ਦਿਆਂਗੇ।
ਹੁਣ ਆਪਾਂ ਬਾਕੀ ਪਾਵਾਂਗੇ। ਅੱਧੇ ਪਾ ਦਿਆਂਗੇ, ਅੱਧੇ ਆਪਾਂ ਬਾਅਦ 'ਚ ਪਾਵਾਂਗੇ। ਇਹਨਾਂ ਰੰਗ ਬਰਾਉਂਦ ਹੋ ਗਿਆ, ਉਦੋਂ ਆਪਾਂ ਕੱਢ ਲਾਂਗੇ। ਲਓ ਆਪਣੇ ਮਟਰਾਂ ਦਾ ਰੰਗ ਬਰਾਉਂਦ ਹੋ ਗਿਆ, ਹੁਣ ਆਪਾਂ ਕੱਢਾਂਗੇ। ਹੁਣ ਆਪਾਂ ਬਾਕੀ ਰਹਿੰਦੇ ਪਾਵਾਂਗੇ। ਹੁਣ ਆਪਣੇ ਮਟਰ ਆ ਵੀ ਬਣ ਗਏ, ਆਪਾਂ ਕੱਢਾਂਗੇ। ਬਹੁਤ ਵਧੀਆ ਬਣੇ ਮਟਰ। ਲਓ ਆਪਣੇ ਮਟਰ ਬਹੁਤ ਵਧੀਆ ਬਣੇ ਹੈ, ਤੋੜ ਕੇ ਦਿਖਾਵਾਂਗੇ। ਦੇਖੋ ਕਿੱਡੇ ਵਧੀਆ ਬਣੇ ਹੈ, ਤੜਕ ਤੜਕ ਟੁੱਟਦੇ ਆ, ਬਹੁਤ ਵਧੀਆ ਬਣੇ ਹੈ। ਆਪਾਂ ਇਹਨੂੰ ਚਾਹ ਨਾਲ ਵੀ ਖਾ ਸਕਦੇ ਹਾਂ, ਅਤੇ ਰਸਤੇ 'ਚ ਕਿਤੇ ਸਫ਼ਰ 'ਤੇ ਜਾਣਾ ਹੋਵੇ ਉੱਥੇ ਵੀ ਲਿਜਾ ਸਕਦੇ ਹਾਂ। ਅਤੇ ਮਟਰ ਬਹੁਤ ਵਧੀਆ ਬਣੇ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।